ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਪੰਜਾਬ ਦੇ ਨੌਜਵਾਨ ਕਿਸ ਤਰ੍ਹਾਂ ਨਸ਼ਿਆਂ ਵਿੱਚ ਡੁੱਬ ਰਹੇ ਹਨ ਅਤੇ ਸਾਡਾ ਪੰਜਾਬ ਇਸ ਨਸ਼ੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਹਰ ਸਾਲ ਪੰਜਾਬ ਵਿੱਚ 75,000 ਤੋਂ ਜ਼ਿਆਦਾ ਨੌਜਵਾਨ ਨਸ਼ਿਆਂ ਵਿੱਚ ਰੁਲ ਜਾਂਦੇ ਹਨ। ਜਿਹੜਾ ਬੰਦਾ ਨਸ਼ੇ ਦਾ ਸਾਥ ਫੜ ਲੈਂਦਾ ਹੈ, ਸਾਰੀ ਦੁਨੀਆ ਉਸਦਾ ਸਾਥ ਛੱਡ ਦਿੰਦੀ ਹੈ।